ਸੱਚੇ ਆਇਆ ਤੇਰੀ। ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ? ਸਾਰੇ ਠੀਕ ਠਾਕ ਹੋ ਜਨਾਬ? ਹੋਰ ਸੁਣਾਓ, ਸਰਕਾਰ ਸਹੀ ਠੀਕ ਹੈ? ਅਤੇ ਸਰਕਾਰ, ਅੱਜ ਗੱਲ ਕਰਨੀ ਹੈ ਇੱਕ ਤੁਹਾਡੇ ਸਾਰਿਆਂ ਨਾਲ, ਅਸਾਂ ਜਿਹੜੇ ਇਸ ਟਾਈਮ ਹਾਲਾਤ ਨੇ ਨਾ ਸਾਊਦੀ ਅਰਬ ਦੇ, ਉਹਨਾਂ ਦੇ ਬਾਰੇ। ਅਤੇ ਜਨਾਬ, ਹਾਲਾਤ ਜਿਹੜੇ ਨੇ ਨਾ ਇਸ ਟਾਈਮ ਬਹੁਤ ਹੀ ਖਰਾਬ ਨੇ। ਇੱਥੇ ਨਵੇਂ ਬੰਦੇ ਜਿਹੜੇ ਆ ਰਹੇ ਆ, ਅਤੇ ਸਰਕਾਰ ਉਹਨਾਂ ਅੱਗੇ ਸਾਡੀ ਇੱਕ ਹੀ ਗੁਜ਼ਾਰਿਸ਼ ਹੈ ਕਿ ਕਿਤੇ ਉੱਥੇ ਹੀ ਵੜੋ, ਉੱਥੇ ਹੀ ਰਹੋ ਭਾਈ ਜਾਨ। ਰੁਪਈਆ ਕਮ ਸੋ ਕਮ 8 ਲੱਖ ਦਾ ਤਾਂ ਵੀਜ਼ਾ ਪੈ ਰਿਹਾ ਭਾਈ ਜਾਨ ਇਸ ਟਾਈਮ। 8,000 ਰਿਆਲ ਨੂੰ ਜ਼ਰਬ ਦੇ ਲਓ 80 ਦੇ ਨਾਲ ਇਸ ਟਾਈਮ, ਅਤੇ ਰੁਪਈਆ 1,50,000 ਦੋ ਉੱਥੇ ਵੀ ਚਾਹੀਦਾ। ਟਿਕਟ ਵੀ ਸਾਰਾ ਕਰਾਉਣੀ ਹੈ, ਬਾਕੀ ਜਿਹੜਾ ਪ੍ਰੋਸੀਜਰ ਹੈ ਸਾਰਾ ਉਹ ਵੀ ਕਰਾਉਣਾ। ਅਤੇ ਰੁਪਈਆ 10 ਲੱਖ ਨਾਰਮਲ ਹਾਲਾਤਾਂ ਦੇ ਵਿੱਚ ਚਾਹੀਦਾ। ਅਤੇ 10 ਲੱਖ ਲਾ ਕੇ ਤਾਂ ਇੱਥੇ ਆ ਗਏ, ਅਤੇ ਲੰਮੇ ਪੈਣਾ ਕੋਈ 6 ਮਹੀਨੇ ਸਾਲ। ਅਤੇ ਕੰਮ ਹੈ ਨਹੀਂ ਸਰਕਾਰ ਇਸ ਟਾਈਮ ਬਿਲਕੁਲ ਹੀ, ਕੋਈ 100 ਚੋਂ 2 ਬੰਦਿਆਂ ਕੋਲ ਕੰਮ ਹੈ, ਬਾਕੀ ਬੰਦੇ ਘਰ ਲੰਮੇ ਪੈ ਦੇਣੇ ਇੱਥੇ ਆ ਕੇ। ਪੁਰਾਣੇ ਵੀ ਲੰਮੇ ਪੈ ਦੇਣੇ, ਅਤੇ ਨਵੇਂ ਤਾਂ ਲਾ ਲਓ ਹੀ ਪੈ ਰਹੇ ਨੇ, ਪੁਰਾਣੇ ਵੀ ਲੰਮੇ ਪੈ ਦੇਣੇ ਇੱਥੇ ਜਿਹੜੇ ਸਰਕਾਰ ਹੈ ਨਾ। ਅਤੇ ਸਾਡੇ ਸਰਕਾਰ ਛੁੱਟੀ ਗਏ ਸੀ, 9 ਮਹੀਨੇ ਛੁੱਟੀ ਕੱਟ ਕੇ ਆਏ ਨਾ ਉਹ, ਅਤੇ ਕੰਮ ਫਿਰ ਅੱਗੇ ਕੋਈ ਨਹੀਂ। ਅਤੇ ਗੱਲ ਕਰਨ ਦਾ ਮਕਸਦ ਇਹ ਹੈ ਜਨਾਬ ਕਿ ਜਿਹੜਾ ਤੁਸੀਂ 8-10 ਲੱਖ ਰੁਪਈਆ ਲਾਉਣਾ, ਉਹ ਉੱਥੇ ਹੀ ਲਾਓ ਕਿਤੇ, ਅਤੇ ਉੱਥੇ ਆਪਣਾ ਕਾਰੋਬਾਰ ਕਰੋ। ਅਤੇ ਕਈਆਂ ਇਹ ਕਹਿਣਾ ਕਿ ਆਪ ਉੱਥੇ ਜਾ ਕੇ ਬੈਠੇ ਨੇ, ਅਤੇ ਸਾਨੂੰ ਕਹਿੰਦੇ ਵੀ ਨਾ ਸਾਡੇ ਮਗਰ ਨਾ ਹੋ, ਇੱਥੇ ਉਨਾ ਪੈਸੇ ਲਾਓ। ਗੱਲ ਹੈ ਕਿ ਅਸੀਂ ਵੀ ਉਦੋਂ ਇਹੀ ਕਹਿੰਦੇ ਰਹੇ ਹਾਂ, ਸਾਨੂੰ ਕੋਈ ਕਹਿੰਦਾ ਰਿਹਾ ਤੇ। ਲੇਕਿਨ ਸਰਕਾਰ ਹੁਣ ਉਹ ਜਿਹੜੇ ਬੁੱਲੇ ਹੈ ਨਹੀਂ, ਜਿਹੜੇ ਬੁੱਲੇ ਹੁੰਦੇ ਰਹੇ ਨੇ ਇੱਥੇ, ਅਤੇ ਬਿਹਤਰ ਇਹੀ ਹੈ ਕਿ ਯਾਰ ਉੱਥੇ ਕੋਈ ਕਾਰੋਬਾਰ ਕਰੋ, ਉੱਥੇ ਕੋਈ ਕੰਮ ਸ਼ੰਮ ਕਰੋ, ਅਤੇ ਇਹੀ ਚੰਗੀ ਚੀਜ਼ ਹੈ। ਇੱਥੇ ਆ ਕੇ ਵੀ ਤੁਸੀਂ 10 ਸਾਲ ਰਹੋਗੇ, 20 ਸਾਲ ਰਹੋਗੇ, ਆਖਿਰ ਤੁਸੀਂ ਪਾਕਿਸਤਾਨ ਜਾਣਾ। ਅਤੇ ਮਿਹਰਬਾਨੀ ਹੈ ਜਨਾਬ ਸਾਰਿਆਂ ਦੀ, ਨਵੇਂ ਜਿਹੜੇ ਖਾਸ ਕਰ ਆ ਰਹੇ ਨੇ ਬੰਦੇ, ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਯਾਰ ਉੱਥੇ ਹੀ ਰਹੋ, ਉੱਥੇ ਕੋਈ ਕੰਮ ਸ਼ੰਮ ਕਰੋ, ਕੰਮ ਹੈ ਨਹੀਂ ਇੱਥੇ। ਪਤਾ 3-3, 4-4 ਮਹੀਨੇ ਹੋ ਗਏ ਨੇ ਲੰਮੇ ਪੈਦੇ ਨੂੰ, ਕੰਮ ਹੈ ਨਹੀਂ, ਕੀ ਕਿਹੜੇ ਪਾਸੇ ਜਾਈਏ, ਉੱਥੋਂ ਦੇ ਅੱਗੇ ਲਾ ਗਏ, ਹੁਣ ਇੱਥੋਂ ਅੱਗੇ ਕਿੱਧਰ ਜਾਈਏ। ਇਸ ਵਾਸਤੇ ਮੈਂ ਜਨਾਬ ਥੋੜ੍ਹਾ ਕਿ ਜ਼ਰਾ ਬੰਦਿਆਂ ਨੂੰ ਅਗਾਹ ਕਰ ਦਈਏ, ਅਤੇ ਥੋੜ੍ਹਾ ਕੁ ਦੱਸਣਗੇ ਸਾਨੂੰ। ਚੋਰ ਸਾਹਿਬ ਤੁਸੀਂ ਵੀ ਦੱਸੋ ਜ਼ਰਾ, ਬੰਦਿਆਂ ਜਿਹੜੇ ਆ ਰਹੇ ਨੇ ਨਵੇਂ, ਉਹਨਾਂ ਨੂੰ ਕੀ ਮਸ਼ਵਰਾ ਦਿਓਗੇ? ਬਿਹਤਰ ਤਾਂ ਇਹੀ ਹੈ ਜਨਾਬ ਜੀ, ਨਾ ਪੈਸੇ ਆਪਣੇ ਜ਼ਾਇਆ ਕਰੋ, ਉੱਥੇ ਕੋਈ ਛੋਟਾ ਜਿਹਾ ਕਾਰੋਬਾਰ ਕਰੋ ਆਪਣਾ, ਅਤੇ ਰੋਟੀ ਉੱਥੇ ਕਮਾਓ, ਰੋਟੀ ਲੱਭ ਜਾਂਦੀ, ਜੇ ਰੋਟੀ ਕਮਾਉਣੀ ਹੈ ਤਾਂ ਰੋਟੀ ਉੱਥੇ ਵੀ ਅੱਲਾਹ ਦੀ ਜ਼ਾਤ ਰਿਜ਼ਕ ਦੇਗੀ, ਅੱਲਾਹ ਦੀ ਜ਼ਾਤ ਨੇ ਵਾਅਦਾ ਕੀਤਾ ਤਾਂ ਬੰਦੇ ਨਾਲ ਰਿਜ਼ਕ ਮਿਲਣਾ ਹੀ ਮਿਲਣਾ ਉਹਨੂੰ, ਅਤੇ ਫਾਇਦਾ ਕੋਈ ਨਹੀਂ ਇੰਨੇ 8-10 ਲੱਖ ਰੁਪਈਆ ਲਾ ਕੇ ਇੱਥੇ ਆ ਕੇ ਪਰੇਸ਼ਾਨ ਹੋਣਾ ਅਤੇ ਕਿਉਂ ਹੋਣਾ। ਬਿਹਤਰ ਇਹੀ ਹੈ ਕਿ ਉੱਥੇ ਕੋਈ ਛੋਟਾ ਜਿਹਾ ਆਪਣਾ ਕਾਰੋਬਾਰ ਕਰ ਲਓ, ਛੋਟਾ ਜਿਹਾ, ਬਹੁਤਾ ਵੱਡਾ ਨਾ ਕਰੋ, ਛੋਟਾ ਜਿਹਾ ਕਰੋ, ਅਤੇ ਉੱਥੇ ਕੋਈ ਛੋਟਾ ਜਿਹਾ ਕਾਰੋਬਾਰ ਕਰੋ ਸਰ, ਬਿਹਤਰ ਇਹੀ ਹੈ। ਨਾ ਆਪਣੇ ਪੈਸੇ ਜ਼ਾਇਆ ਕਰੋ, ਨਾ ਮਾਂ ਪਿਓ ਨੂੰ ਪਰੇਸ਼ਾਨ ਕਰੋ, ਅਤੇ ਇਹ ਨਹੀਂ ਕਹਿਣਾ ਵੀ ਭਾਈ ਤੁਸੀਂ ਆਪੇ ਚਲਾ ਕੇ ਦਿਓ ਤਾਂ ਸਾਨੂੰ ਗਲਤ ਮਸ਼ਵਰਾ, ਉਹ ਗਲਤ ਆਈਡੀਆ ਦਿਓ ਦੇ ਸਾਨੂੰ, ਇਹ ਗੱਲ ਅਸੀਂ ਨਹੀਂ ਕਹਿ ਸਕਦੇ। ਤੁਸੀਂ ਆਓ ਭਾਈ, 100 ਬਿਸਮਿਲ੍ਲਾ, ਅਗਰ ਰੁਪਈਆ 10 ਲੱਖ ਜੇਬੀ 'ਚ ਹੋਣਾ ਚਾਹੀਦਾ ਤੁਹਾਡਾ, ਤੇ 10 ਲੱਖ ਰੁਪਈਆ ਲਾ ਕੇ ਜੇ ਭਾਈ ਇੱਥੇ ਆ ਕੇ ਪਰੇਸ਼ਾਨ ਹੋ ਕੇ ਆਪਣੇ ਰੂਮ 'ਚ ਸੌਣਾ, ਉਹਦਾ ਕੀ ਫਾਇਦਾ? ਗੱਲ ਕਰਨ ਦਾ ਮਕਸਦ ਇਹ ਕਿ ਉੱਥੇ ਕੋਈ ਛੋਟਾ ਜਿਹਾ ਕਾਰੋਬਾਰ ਕਰੋ ਆਪਣਾ, ਅਤੇ ਅੱਲਾਹ ਦੀ ਜ਼ਾਤ ਇਨਸ਼ਾਅੱਲਾ ਜ਼ਰੂਰ ਤੁਹਾਨੂੰ ਰਿਜ਼ਕ ਦੇਗੀ, ਨਾ ਪਰੇਸ਼ਾਨ ਹੋਵੋ ਅਤੇ ਨਾ ਆਪਣੇ ਮਾਂ ਪਿਓ ਨੂੰ ਪਰੇਸ਼ਾਨ ਕਰੋ, ਸਾਡੇ ਕਹਿਣ ਦਾ ਮਕਸਦ ਇਹੀ ਹੈ ਜਨਾਬ। ਅਤੇ ਕੰਮ ਬਿਲਕੁਲ ਹੀ ਹੈ ਨਹੀਂ, ਹਾਲਾਤ ਬਿਲਕੁਲ ਡਾਊਨ ਹੋਏ ਨੇ ਇਸ ਟਾਈਮ, ਜਿੰਨਾ ਕੁ ਹੈ ਆ ਉਹ ਵੀ ਕੋਈ 2-4 ਬੰਦਿਆਂ ਵਾਸਤੇ, ਆਪਣੇ ਵਾਸਤੇ, ਉਹਨਾਂ ਵਾਸਤੇ। ਅਤੇ ਕਹਿਣ ਦਾ ਮਕਸਦ ਇਹ ਹੈ ਵੀ ਨਾ ਆਪਣੇ ਮਾਂ ਪਿਓ ਨੂੰ ਪਰੇਸ਼ਾਨ ਕਰੋ, ਅਤੇ ਨਾ ਆਪ ਹੋਵੋ, ਨਾ ਪਰੇਸ਼ਾਨ ਆਪ ਹੋਵੋ, ਅਤੇ ਜੇ ਕਿਸੇ ਕੋਲ ਕੰਮ ਹੈ 2-4 ਬੰਦਿਆਂ ਵਾਸਤੇ ਉਹਦੇ ਆਪਣੇ ਯੋਗਾ ਹੈ। ਜੇ ਕਿਸੇ ਦੇ ਰੂਮ 'ਚ ਕੋਈ 3 ਬੰਦੇ ਸੁੱਤੇ ਦੇ ਨਾ, ਤੂੰ ਸੁੱਤੇ ਦੇ ਨਾ, ਉਹ ਇਹ ਨਹੀਂ ਕਹਿ ਰਿਹਾ ਵੀ ਚੱਲ ਯਾਰ ਤੈਨੂੰ ਵੀ ਮੈਂ ਲੈ ਚੱਲਣਾ, ਦਿਹਾੜੀ ਤੇਰੀ ਲਵਾ ਦਿੰਦਾ। ਉਹ ਸੁੱਤੇ ਦਾ ਵਿਚਾਰਾ ਕੰਬਲ 'ਤੇ ਆਉਂਦੇ ਨਾ, ਉੱਥੇ ਕਹਿੰਦਾ ਸੌਂ ਜਾ, ਸ਼ਾਮ ਨੂੰ ਆ ਕੇ ਤੈਨੂੰ ਰੋਟੀ ਖਵਾਵਾਂਗੇ। ਅਤੇ ਯਾਰ ਨਾ ਪਰੇਸ਼ਾਨ ਕਰੋ ਆਪਣੇ ਮਾਂ ਪਿਓ ਨੂੰ, ਅਤੇ ਨਾ ਪਿਓ, ਉਹ ਕਹਿਣ ਦਾ ਮਕਸਦ ਇਹੀ ਹੈ ਬਸ ਸਾਡਾ। ਅਤੇ ਠੀਕ ਹੈ, ਅੱਲਾਹ ਦੀ ਸਪੋਰਟ ਜੀ, ਸਾਡਾ ਪੈਗਾਮ ਐਸੀ ਜੀ ਇਹੋ ਜੀ। ਅਤੇ ਸਰਕਾਰ ਮਜ਼ੀਦ ਸਾਡੀ ਐਸੀਆਂ ਵੀਡੀਓ ਦੇਖਣ ਵਾਸਤੇ ਫਾਲੋ ਕਰ ਲਓ ਸਾਨੂੰ, ਅਸੀਂ ਤੁਹਾਨੂੰ ਅਪਡੇਟ ਆ ਜਿਹੜੀ ਦਿੰਦੇ ਰਹਾ ਕਰਾਂਗੇ ਸਰਕਾਰ। ਅਤੇ ਅੱਲਾਹ ਹਾਫਿਜ਼ ਸਾਰਿਆਂ ਨੂੰ ਜਨਾਬ, ਓਕੇ ਓਕੇ ਜੀ, ਖੁਦਾ ਹਾਫਿਜ਼।
अभी हम खुद फर्क है, अभी घर से आया तेरी।